ਦੇ ਭਰਾ ਮੈਂ ਪਹਿਲਾਂ ਤਾਂ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦਾ ਸਾਡਾ ਮੰਡੀ ਬੋਰਡ ਦਾ ਜਿੰਨਾ ਵੀ ਮਾਰਕੀਟ ਕਮੇਟੀ ਦਾ ਸਟਾਫ ਹੈ ਸੈਕਟਰੀ ਸਾਹਿਬ ਤੇ ਹੋਰ ਸਟਾਫ ਸਾਰਿਆਂ ਦਾ ਧੰਨਵਾਦ ਕਰਦਾ ਅੱਜ ਇੱਥੇ ਆਪਾਂ ਕਿਉਂਕਿ ਮੈਂ ਬਹੁਤ ਦੇਰ ਤੋਂ ਸਮਾਣੇ ਨਾਲ ਜੁੜਿਆ ਮੇਰਾ ਆਪਣਾ ਪਰਿਵਾਰ ਹੈ ਸਮਾਣਾ ਸ਼ਹਿਰ ਤੇ ਮੈਂ ਸਿਰਫ ਆਪਣੀ ਹਾਜ਼ਰੀ ਪਾਉਣ ਵਾਸਤੇ ਆਇਆ ਤੁਹਾਡਾ ਧੰਨਵਾਦ ਕਰਨ ਵਾਸਤੇ ਆਇਆ ਕਿ ਤੁਸੀਂ ਸਾਰਿਆਂ ਨੇ ਸਾਨੂੰ ਵੋਟਾਂ ਪਾ ਕੇ ਸਰਕਾਰ ਬਣਾਈ ਸਰਕਾਰ ਬਣਨ ਤੋਂ ਬਾਅਦ ਮੈਨੂੰ ਵੀ ਮੰਡੀ ਬੋਰਡ ਦੇ ਵਿੱਚ ਸੇਵਾ ਕਰਨ ਦਾ ਮੌਕਾ ਮਿਲਿਆ ਇਹ ਤੁਸੀਂ ਸਾਰੇ ਇਹ ਮਹਿਸੂਸ ਕਰੋ ਕਿ ਮੈਂ ਚੇਅਰਮੈਨ ਨਹੀਂ ਤੁਸੀਂ ਸਾਰੇ ਚੇਅਰਮੈਨ ਹੋ ਕਿਉਂਕਿ ਅਸੀਂ ਕੋਈ ਇੱਥੇ ਚੌਧਰ ਕੋਟਣ ਨਹੀਂ ਆਏ ਅਸੀਂ ਤਾਂ ਸੇਵਾ ਕਰਨ ਆਏ ਹਾਂ ਸਾਡੇ ਵਾਸਤੇ ਸਭ ਤੋਂ ਪਹਿਲਾਂ ਹਲਕੇ ਦਾ ਡਿਵੈਲਪਮੈਂਟ ਹੈ ਸਾਡੇ ਨਾਲ ਸਾਡੇ ਆਲੇ ਦੁਆਲੇ ਪਿੰਡਾਂ ਦੇ ਵਿੱਚ ਜਿਸ ਤਰ੍ਹਾਂ ਮਹਿਮਦਪੁਰ ਮੰਡੀ ਹੈ ਉਹਦੇ ਵਿੱਚ ਸ਼ੈੱਡ ਮੈਂ ਪਹਿਲਾਂ 50x100 ਦਾ ਸੀਗਾ ਹੁਣ ਮੈਂ ਇੱਕ ਹੋਰ ਸ਼ੈੱਡ 75x200 ਫੁੱਟ ਦਾ ਬਣ ਜਾ ਰਿਹਾ ਅਤੇ ਨਾਲ ਹੀ ਸਾਡੇ ਫਤਿਹਪੁਰ ਉਹਦੇ ਸਾਹਮਣੇ ਕੋਈ ਸ਼ੈੱਡ ਨਹੀਂ ਸੀ ਉੱਥੇ ਵੀ 50x100 ਦਾ ਸ਼ੈੱਡ ਬਣਨ ਜਾ ਰਿਹਾ ਨਾਲ ਪਰਲੇ ਪਾਸੇ ਸੌਜੇ ਪਿੰਡ 'ਚ ਉਹ ਮਨਜ਼ੂਰ ਕਰਤੇ ਅਤੇ ਸੜਕ ਹੈ ਸਾਡੀ ਬਰਸੜ ਤੋਂ ਸੌਜੇ ਤੱਕ ਉਹ ਵੀ ਮਨਜ਼ੂਰ ਕਰਤੀ ਕੱਚੀ ਸੀਗੀ ਔਰ ਇਕੱਲਾ ਇਹ ਨਹੀਂ ਤੁਸੀਂ ਸਾਰਿਆਂ ਨੂੰ ਬੇਨਤੀ ਹੈ ਤੁਹਾਡੇ ਏਰੀਏ ਦੀ ਕੋਈ ਡਿਵੈਲਪਮੈਂਟ ਦਾ ਕੰਮ ਹੈ ਚਾਹੇ ਸੜਕ ਦਾ ਹੈ ਚਾਹੇ ਕੋਈ ਮੰਡੀ ਦਾ ਚਾਹੇ ਕੋਈ ਹੋਰ ਡਿਵੈਲਪਮੈਂਟ ਦਾ ਚਾਹੇ ਕੋਈ ਹਾਦਸੇ ਦੇ ਸ਼ਿਕਾਰ ਸਾਡੇ ਕੋਈ ਭੈਣ ਭਰਾ ਨੇ ਉਹਨਾਂ ਨੂੰ ਕੋਈ ਮੁਆਵਜ਼ਾ ਦੇਣ ਦੀ ਗੱਲ ਹੈ ਤੁਹਾਡੇ ਵਾਸਤੇ ਖੁੱਲ੍ਹਾ ਸੱਦਾ ਹੈ ਤੁਸੀਂ ਆ ਕੇ ਜਦੋਂ ਮਰਜ਼ੀ ਮਿਲੋ 24 ਘੰਟੇ ਤੁਹਾਡੀ ਸੇਵਾ 'ਚ ਹਾਜ਼ਰ ਹਾਂ ਦੂਸਰੀ ਗੱਲ ਮੈਂ ਇੱਥੇ ਮੀਡੀਆ ਵਾਲੇ ਸਾਥੀਆਂ ਨੂੰ ਸਾਰਿਆਂ ਨੂੰ ਵਧਾਈ ਦੇਣਾ ਚਾਹੁੰਦਾ ਮੈਂ ਹੁਣੇ ਮਿਊਨਸੀਪਲ ਕਮੇਟੀ ਦੇ ਦਫ਼ਤਰ ਗਿਆ ਸੀਗਾ ਉੱਥੇ ਪ੍ਰਧਾਨ ਜੀ ਅਤੇ ਸਾਰੇ ਕੌਂਸਲਰ ਸਾਹਿਬ ਨੂੰ ਬੇਨਤੀ ਕੀਤੀ ਹੈ ਕਿ ਇੱਥੇ ਪ੍ਰੈਸ ਕਲੱਬ ਵਾਸਤੇ ਸਾਨੂੰ ਜਗ੍ਹਾ ਦਿੱਤੀ ਜਾਵੇ ਉਹਨਾਂ ਨੇ ਵਾਅਦਾ ਕੀਤਾ ਕਿ ਅਸੀਂ ਜਲਦੀ ਮਤਾ ਪਾ ਕੇ ਜਗ੍ਹਾ ਦੇਵਾਂਗੇ ਮੈਂ ਮੀਡੀਆ ਵਾਲੇ ਸਾਥੀਆਂ ਨੂੰ ਵਧਾਈ ਦਿੰਦਾ ਕਿ ਇੱਥੇ ਤੁਹਾਡੇ ਵਾਸਤੇ ਬਹੁਤ ਸੋਹਣਾ ਭਵਨ ਬਣਾਵਾਂਗੇ ਜਿਹਦੇ ਵਿੱਚ ਵਾਈਫਾਈ ਵੀ ਲੱਗੀ ਹੋਊ ਜਿਹਦੇ ਵਿੱਚ ਤੁਹਾਡੇ ਆਰਾਮ ਕਰਨ ਵਾਸਤੇ ਕਮਰੇ ਵੀ ਹੋਣਗੇ ਸਾਡੇ ਵਰਗੇ ਬੰਦਿਆਂ ਦੇ ਜਿਹੜੇ ਆਉਣਗੇ ਪ੍ਰੈਸ ਕਾਨਫਰੰਸ ਵਾਸਤੇ ਵੱਖਰਾ ਕਮਰਾ ਬਣਾਵਾਂਗੇ ਹਰ ਸਹੂਲਤਾਂ ਮਾਡਰਨ ਜਿਹੜੀਆਂ ਤੁਹਾਨੂੰ ਦੇ ਸਕਦੇ ਹਾਂ ਅਸੀਂ ਉਹਦੇ ਵਾਸਤੇ ਬਹੁਤ ਜਲਦੀ ਕੋਸ਼ਿਸ਼ ਕਰਾਂਗੇ ਔਰ ਅਕਾਲ ਪੁਰਖ ਦੀ ਕਿਰਪਾ ਨਾਲ ਮੈਨੂੰ ਲੱਗਦਾ ਬਹੁਤ ਜਲਦੀ ਇਹ ਮਸਲਾ ਆਪਣਾ ਹੱਲ ਹੋ ਜਾਊਗਾ ਦੂਸਰੀ ਗੱਲ ਸਾਡੇ ਇੱਥੇ ਮੰਡੀ ਦੇ ਵਿੱਚ ਸਾਰੇ 38 ਭਰਾ ਸਾਡੇ ਆਪਣੇ ਹੀ ਭੈਣ ਭਰਾ ਨੇ ਤੁਹਾਨੂੰ ਕਿਸੇ ਨੂੰ ਕੋਈ ਤਕਲੀਫ ਹੋਵੇ ਕਿਸੇ ਵੀ ਤਰ੍ਹਾਂ ਦੀ ਕੋਈ ਪੱਖੋਂ ਕਿਸੇ ਪੱਖੋਂ ਕੋਈ ਸਾਡਾ ਮੰਡੀ ਦਾ ਕੋਈ ਅਫਸਰ ਕਿਸੇ ਗੱਲੋਂ ਨਜਾਇਜ਼ ਕਿਸੇ ਨੂੰ ਕਰਦਾ ਜਾਂ ਕੋਈ ਹੋਰ ਪਾਸਿਓਂ ਤੁਹਾਨੂੰ ਕੋਈ ਤਕਲੀਫ ਹੈ ਕੋਈ ਜਿਸ ਤਰ੍ਹਾਂ ਕੋਈ ਮੰਡੀ ਦੀ ਡਿਵੈਲਪਮੈਂਟ ਹੋਣ ਦੀ ਗੱਲ ਹੈ ਤੁਸੀਂ ਸਿੱਧੇ ਗੱਲ ਕਰ ਸਕਦੇ ਹੋ ਇੱਕ ਨੰਬਰ ਦੀ ਮੰਡੀ ਆਪਾਂ ਸਮਾਣਾ ਦੀ ਮੰਡੀ ਨੂੰ ਬਣਾਉਣਾ ਤੁਸੀਂ ਸਾਰੇ ਇਹਦੇ ਵਾਸਤੇ ਜੋ ਵੀ ਤੁਹਾਡਾ ਪ੍ਰੋਜੈਕਟ ਹੈ ਕਿਉਂਕਿ ਫੰਡਸ ਦੀ ਕੋਈ ਘਾਟ ਨਹੀਂ ਮਾਨ ਸਾਹਿਬ ਨੇ ਵੀ ਮੈਨੂੰ ਕਿਹਾ ਕਿ ਤੁਸੀਂ ਪ੍ਰੋਜੈਕਟ ਲਿਆਓ ਦੂਜੇ ਦਿਨ ਆ ਕੇ ਮੇਰੇ ਤੋਂ ਚੈੱਕ ਲੈ ਜਾਓ ਪੈਸੇ ਦੀ ਕੋਈ ਘਾਟ ਨਹੀਂ ਅਸੀਂ ਉਹਨਾਂ 'ਚੋਂ ਨਹੀਂ ਜਿਹੜੇ ਪਿਛਲੇ 10 ਸਾਲ ਇਹੀ ਕਹੇ ਕਿ ਖਜ਼ਾਨਾ ਖਾਲੀ ਹੈ ਕਿਉਂਕਿ ਖਜ਼ਾਨਾ ਹਮੇਸ਼ਾ ਤੁਹਾਡੇ ਟੈਕਸਾਂ ਨਾਲ ਭਰਦਾ ਔਰ ਮਾਨ ਸਾਹਿਬ ਨੇ ਪਹਿਲੇ ਸਾਲ ਦੇ ਵਿੱਚ ਜੋ ਕੰਮ ਕੀਤੇ ਨੇ ਤੁਹਾਡੇ ਸਾਹਮਣੇ ਨੇ ਪਹਿਲੀ ਗੱਲ ਤੁਹਾਡੇ ਵਿੱਚੋਂ ਉਹਨਾਂ ਨੇ ਅਰਵਿੰਦ ਕੇਜਰੀਵਾਲ ਜੀ ਨੇ ਸਾਡੇ ਨੈਸ਼ਨਲ ਕਨਵੀਨਰ ਉਹਨਾਂ ਨੇ ਵਾਅਦਾ ਕੀਤਾ ਸੀ ਕਿ ਅਸੀਂ ਤੁਹਾਨੂੰ ਸਾਰਿਆਂ ਨੂੰ 300 ਯੂਨਿਟ ਪ੍ਰਤੀ ਮਹੀਨਾ ਮੁਫਤ ਬਿਜਲੀ ਦੇਵਾਂਗੇ ਉਹ ਸਾਰੇ ਵਰਗਾਂ ਵਾਸਤੇ ਹੈ ਜਨਰਲ ਵਰਗ ਵਾਸਤੇ ਵੀ ਹੈ SC ਵਰਗ ਵਾਸਤੇ ਵੀ ਹੈ ਤੁਹਾਨੂੰ ਪਹਿਲੇ ਹੀ 2 ਮਹੀਨਿਆਂ ਬਾਅਦ ਸ਼ੁਰੂ ਕਰਤਾ ਅੱਜ ਕਿੰਨੇ 85 ਤੋਂ 90% ਲੋਕਾਂ ਦੇ ਬਿੱਲ ਜਿਹੜੇ 0 ਬਿੱਲ ਆ ਰਹੇ ਨੇ ਫਿਰ ਰੁਜ਼ਗਾਰ ਦਾ ਮਸਲਾ ਅਸੀਂ ਸਰਕਾਰ ਬਣਦੀ ਸਾਰ ਸ਼ੁਰੂ ਕੀਤਾ 26,747 ਬੱਚਿਆਂ ਨੂੰ ਰੈਗੂਲਰ ਭਰਤੀ ਕੀਤੀ ਗਈ ਹੈ ਔਰ 30,000 ਦੇ ਕਰੀਬ ਕੱਚੇ ਕਾਮੇ ਪੱਕੇ ਕੀਤੇ ਗਏ ਨੇ ਔਰ 6,000 ਕਾਮੇ ਕੁਛ ਕੋਰਟ ਦੇ ਕਾਰਨਾਂ ਕਰਕੇ ਲਮਕ ਰਹੇ ਨੇ ਉਹ ਵੀ ਜਲਦੀ ਪੱਕੇ ਕੀਤੇ ਜਾਣਗੇ ਜੋ ਕੋਰਟ ਦੀਆਂ ਰੋਕਾਂ ਨੇ ਉਹਨਾਂ ਨੂੰ ਕੋਰਟ ਰਾਹੀਂ ਹਟਾਇਆ ਜਾਏਗਾ ਔਰ ਇਸ ਹਲਕੇ ਦੇ ਵਿੱਚ ਜਿਸ ਤਰ੍ਹਾਂ ਦਾ ਸਾਡੇ ਵਪਾਰੀ ਭਰਾ ਬੈਠੇ ਨੇ ਕੋਈ ਸ਼ੈਲਰਾਂ ਦੇ ਕਿੰਨੇ ਸ਼ੈਲਰ ਲੱਗੇ ਨੇ ਕਿੰਨੇ ਸਪਿਨਿੰਗ ਮਿਲ ਲੱਗੀਆਂ ਨੇ ਤੁਹਾਡੇ ਵਾਸਤੇ ਮੰਡੀ ਬੋਰਡ ਵੱਲੋਂ ਕੋਈ ਸੜਕਾਂ ਪੱਕੀਆਂ ਕਰਾਉਣੀਆਂ ਨੇ ਸਾਡੇ ਅਫਸਰ ਮੰਡੀ ਬੋਰਡ ਦੇ ਬੈਠੇ ਨੇ ਸਾਹਮਣੇ DM ਸਾਹਿਬ ਤੁਸੀਂ ਇਹਨਾਂ ਨੂੰ ਮਿਲ ਲਓ ਮੈਨੂੰ ਮਿਲ ਲਓ ਕੋਈ ਫਰਕ ਨਹੀਂ ਸਾਰੇ ਤੁਹਾਡੇ ਸੇਵਾਦਾਰ ਹੈ ਤੁਹਾਡੀ ਸੇਵਾ ਵਾਸਤੇ ਹਾਜ਼ਰ ਹੈ ਕੋਈ ਇੱਥੇ ਅਫਸਰ ਨਹੀਂ ਕੋਈ ਇੱਥੇ ਚੇਅਰਮੈਨ ਨਹੀਂ ਤੁਸੀਂ ਚੇਅਰਮੈਨ ਹੋ ਤੁਸੀਂ ਅਫਸਰ ਹੋ ਕਿਉਂਕਿ